ਫਾਜ਼ਿਲਕਾ ਦੇ ਗਾਂਧੀ ਚੌਕ ਦੇ ਨੇੜੇ ਦੁਕਾਨਾਂ ਦੇ ਅੱਗੇ ਖੜਾ ਹੋਇਆ ਗੰਦਾ ਪਾਣੀ ਦੁਕਾਨਦਾਰ ਹੋ ਰਹੇ ਹਨ ਪਰੇਸ਼ਾਨ। ਫਾਜ਼ਿਲਕਾ ਦੇ ਗਾਂਧੀ ਚੌਕ ਦੇ ਨੇੜੇ ਦੁਕਾਨਾਂ ਦੇ ਅੱਗੇ ਗੰਦਾ ਸੀਵਰੇਜ ਦਾ ਪਾਣੀ ਖੜਾ ਹੈ ਜਿਸ ਨੂੰ ਲੈ ਕੇ ਲੋਕ ਬੇਹੱਦ ਪਰੇਸ਼ਾਨ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਦੇ ਚਲਦਿਆਂ ਦੁਕਾਨ ਦੇ ਅੰਦਰ ਗ੍ਰਾਹਕ ਨਹੀਂ ਆਉਂਦਾ ਅਤੇ ਉਹਨਾਂ ਦਾ ਦੁਕਾਨਾਂ ਤੇ ਬਹਿਣਾ ਵੀ ਦੂਭਰ ਹੋ ਗਿਆ ਹੈ ਜਿਸ ਦੇ ਚਲਦਿਆਂ ਬੇਹੱਦ ਸਮੱਸਿਆ ਪੇਸ਼ ਆ ਰਹੀ ਹੈ। ਨਗਰ ਕੌਂਸਲ ਦੇ ਵਿੱਚ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਇੱਥੇ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਇਹਨਾਂ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਨਹੀਂ ਆਇਆ ਜਿਸ ਦੇ ਚਲਦਿਆਂ ਉਹਨਾਂ ਦੇ ਵਿੱਚ ਖਾਸਾ ਰੋਸ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਦੀ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਝੇਲਣੀ ਨਾ ਪਵੇ। ਕੀ ਨਾਮ ਤੁਹਾਡਾ? ਸੰਦੀਪ ਕੁਮਾਰ ਜੀ। ਸੰਦੀਪ ਕੁਮਾਰ ਜੀ, ਕਿੱਥੇ ਤੁਸੀਂ ਖੜੇ ਹੋ? ਇਸਟੇ ਗਾਂਧੀ ਚੌਂਕ ਜੀ। ਕੀ ਇਹ ਪਾਣੀ ਕਿਉਂ ਖੜਾ ਇੱਥੇ ਦੁਕਾਨ? ਪਾਣੀ ਜੀ, ਸੀਵਰੇਜ ਦੀ ਪ੍ਰੋਬਲਮ ਹੈਗੀ ਹੈ। ਕਈ ਦਿਨਾਂ ਤੋਂ ਅਸੀਂ ਬਹੁਤ ਪਰੇਸ਼ਾਨ ਆ, ਕਸਟਮਰ ਵੀ ਆਉਂਦੇ ਨੇ, ਸਮੈਲ ਆਉਂਦੀ ਹੈ, ਕਸਟਮਰ ਵੀ ਚਲੇ ਜਾਂਦੇ ਨੇ, ਬਹੁਤ ਦਿੱਕਤ ਆਈ ਪਈ, ਕੋਈ ਸਾਫ਼ ਕਰਨ ਨਹੀਂ ਆਉਂਦਾ ਜੀ, ਪਾਣੀ ਪਾਣੀ ਹੋਇਆ ਪਿਆ, ਤੁਸੀਂ ਚੈੱਕ ਕਰੋ ਜੀ। ਇੱਥੇ ਸੀਵਰੇਜ ਦੀ ਸਮੱਸਿਆ ਹੈ ਜੀ, ਪਿੱਛੇ ਗਲੀ ਬਣੀ ਸੀ, ਉਸ ਤੋਂ ਬਾਅਦ ਇਹ ਉੱਚੀ ਹੋ ਗਈ, ਇਹ ਚੀਜ਼ ਨੀਵੀਂ ਹੋ ਗਈ, ਉਸ ਤੋਂ ਬਾਅਦ ਪਾਣੀ ਰੁਕਣ ਲੱਗ ਗਿਆ ਜੀ। ਸਾਰੀ ਸੜਕ 'ਤੇ ਪਾਣੀ ਰੁਕਦਾ, ਪਰਲੀ ਸਾਈਡ ਵੀ ਰੁਕਦਾ, ਲੋਕ ਕਈ ਫਰਸ਼ ਆਦਾ ਉੱਚਾ ਕਰਾਈ ਜਾਂਦੇ ਨੇ, ਬਹੁਤ ਜ਼ਿਆਦਾ ਪ੍ਰੋਬਲਮ ਸਮੱਸਿਆ ਹੋਈ ਪਈ ਜੀ। ਕੀ ਮੰਗ ਕਰ? ਪਰੇਸ਼ਾਨ ਹੋਏ ਪਏ ਨਾ ਅਸੀਂ ਜੀ, ਅਸੀਂ ਕਮੇਟੀ ਵੀ ਫੋਨ ਕੀਤਾ, ਬੜੇ ਜਣ ਕੀਤਾ, ਪ੍ਰਾਈਵੇਟ ਕਰ ਦਿਓ, ਪੈਸੇ ਵੀ ਲੈ ਲਓ, ਨਾ ਜੀ ਕੋਈ ਨਹੀਂ ਆ ਰਿਹਾ। ਅੱਛਾ, ਅਤੇ ਤੁਸੀਂ ਕੀ ਮੰਗ ਆ ਸਰਕਾਰ ਤੋਂ ਤੁਹਾਡੀ? ਸਰਕਾਰ ਤੋਂ ਇਹ ਮੰਗ ਹੈ ਵੀ ਸਾਡਾ ਇਹ ਹੱਲ ਕਰਾਇਆ ਜਾਵੇ ਜੀ, ਵੀ ਜਿਹਦੇ ਨਾਲ ਸਾਡਾ ਸੈਟਿੰਗ ਵਧੀਆ ਹੋ ਜਾਵੇ। ਅਸੀਂ ਤਾਂ ਇੰਨੇ ਕੋ ਪਰੇਸ਼ਾਨ ਹੋਏ ਪਏ, ਅੰਦਰ ਸਮੈਲ, ਬਿਮਾਰੀ ਫੈਲਣ ਦਾ ਖਤਰਾ ਹੋਇਆ ਪਿਆ ਜੀ ਇੱਥੇ ਤਾਂ। ਕਿੱਡੀ ਵੱਡੀ ਸਮੱਸਿਆ ਔਰ ਕੀ ਹਾਲਾਤ ਨੇ ਸਾਡੇ ਵਾਸਤੇ? ਤਾਂ ਬਹੁਤ ਵੱਡੀ ਸਮੱਸਿਆ ਵੀ, ਕਸਟਮਰ ਹੀ ਦੇ ਅੰਦਰ ਆਉਂਦਾ, ਸਾਰਾ ਦਿਨ ਵਿਹਲੇ ਬੈਠ ਬੈਠ ਕੇ ਚਲੇ ਜਾਂਦੇ ਜੀ। ਅਸੀਂ ਆਪ ਹੀ ਬੜੇ ਔਖੇ ਪੈਂਦੇ ਤੇ ਕਸਟਮਰ ਨੂੰ ਕੀ, ਕਸਟਮਰ ਨੇ ਕੀ ਆਣਾ? ਤੁਸੀਂ ਕਿਹਾ ਕਦੇ ਕਮੇਟੀ ਦੇ ਵਿੱਚ ਕਿਸੇ ਨੂੰ? ਹਾਂਜੀ, ਨਗਰ ਕੌਂਸਲ ਦੇ ਵਿੱਚ ਸ਼ਿਕਾਇਤ ਕੀਤੀ ਜਾਂਦੀ? ਕਮੇਟੀ ਦੇ ਵਿੱਚ ਇਹਨਾਂ ਨੇ ਫੋਨ ਕੀਤਾ ਹੈ। ਅੱਛਾ ਜੀ, ਕੋਈ ਨਹੀਂ ਆਇਆ? ਨਹੀਂ ਆਇਆ ਜੀ। ਹੁਣ ਕੀ ਮੰਗ ਹੈ ਸਰਕਾਰ ਤੋਂ? ਬਸ ਇਹੀ ਮੰਗ ਹੈ ਜੀ, ਸਾਡਾ ਪੱਤਰ ਮਸਲਾ ਹੱਲ ਕੀਤਾ ਜਾਵੇ। ਕੀ ਨਾਂ ਤੁਹਾਡਾ ਜੀ? ਰਮੇਸ਼ ਕੁਮਾਰ ਜੀ। ਹਾਂਜੀ, ਰਮੇਸ਼ ਕੁਮਾਰ ਜੀ। ਰਮੇਸ਼ ਜੀ, ਕੀ ਕਹੋਗੇ, ਕਿਸ ਕੀ ਸਮੱਸਿਆ? ਬਹੁਤ ਮਾੜਾ ਹਾਲ ਆਇਆ ਵੀ ਜੀ, ਐਡਾ ਮੱਛਰ, ਬੁਰੇ ਹਾਲ, ਨਾ ਕੋਈ ਦੁਕਾਨ ਤੇ ਗਾਹਕ ਆਉਂਦਾ, ਅੰਦਰ ਵੜਦੇ ਨਹੀਂ, ਜਿਹੜੀ ਡੇਲੀ ਜਾਂਦੀ ਹੈ ਕਰਲਾਉਣ ਲੱਗ ਜਾਂਦੀ ਹੈ, ਉਹ ਕਹਿੰਦੇ ਜੀ ਤੁਹਾਡੀ ਦੁਕਾਨਦਾਰੀ 'ਚ ਐਡਾ ਮੱਛਰ, ਤੁਹਾਡੀ ਦੁਕਾਨ ਅੰਦਰ ਹੀ ਬਹੁਤ ਪਰੇਸ਼ਾਨ ਹੈ ਜੀ। ਲੇਡੀਜ਼ ਮੈਂ ਵਿਚਾਰੀ ਆਏ ਜੀ, ਅੰਦਰ ਫੜਾ ਉੱਠ ਬੱਚੇ ਦੀ ਬਾਹਰ ਕਰਦੀ ਜੀ, ਦੁਕਾਨ 'ਤੇ ਰੁਕਦੀ ਹੋਣੀ ਆ ਗਈ, ਬਹੁਤ ਪਰੇਸ਼ਾਨੀਆਂ ਦਾ ਸਾਹਮਣਾ, ਮੱਛਰ ਬਹੁਤ ਜੀ, ਐਡਾ ਬੁਰਾ ਹਾਲ ਜੀ, ਮੈਂ ਕਹਿੰਦਾ ਪੁੱਛਣਾ ਜੀ, ਖਲੋਤਾ ਨਹੀਂ ਆਉਂਦਾ ਜੀ। ਸਾਡੀ ਜੀ ਸਰਕਾਰ ਅੱਗੇ ਮੰਗ ਹੈ ਜੀ, ਇੱਥੇ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਜੀ, ਬਹੁਤ ਪਰੇਸ਼ਾਨ ਹੋ ਜੀ ਮੱਛਰ ਤੋਂ ਜੀ, ਇੰਨਾ ਬੁਰਾ ਹਾਲ ਹੈ ਜੀ ਸਾਡੇ, ਉਹਦਾ ਤਾਂ ਬਿਲਕੁਲ ਹੀ ਬੈਠਾ ਨਹੀਂ ਜਾਂਦਾ।